हाँ जी भी जी सारे भीरां सति श्री अकाल जी। अज भी जी आपां आए पिंड रहेहड़ा जी, रहेहड़ा ते जिला इहनां संगरूर पैंदा जी, तहसील मलेरकोटला। मलेरकोटला इत्थे 15 किलोमीटर पिंड है जी इहनां दा। ठीक है, हुण वीर जी नाल गल्लबात करांगे की भराई जी ने की मिलक रिकॉर्ड आ। उस तों पहले रिक्वेस्ट करांगे जिहड़े वीर अपने पहली वीडियो वेख रहे हुण, रिक्वेस्ट है कि अपने चैनल नूं सबसक्राइब करन जी, ते घंटी दे बटन जरूर दबा के तुहाडे नवीं वीडियो आ सके। एक होर रिक्वेस्ट है जी, कोई भी राणे तसली करके लैके जाए, चवाई करके लैके जाए, पास करके लैके जाए जी। ठीक है, रेट जोड़ा भी कर लो, आ रहे सन रेट लाओ जी। हूँ बाई जी ने आप गलबात करते जी, ये नगाइया ने की प्राइज है जी। ठीक है जी, सारी डिटेल पूछेंगे आप इन्होंने। हाँ जी बाई जी, सत श्रीकाल जी। सत श्रीकाल जी। बाई जी पहले एड्रैस दसो सर जी। अपना पिंड रहेहड़ा जी। ठीक है जी, तहसील मलेरकोटला। ठीक है जी, जिला संगरूर जी। ठीक है, नाम ते अपना फोन नंबर ही बोलो। अपना नाम ईसा मोहम्मद जी। ठीक है जी, फोन नंबर है 97813। ठीक है जी, 99944। एक बार फिर बोलो जी, 97813 जी। ठीक है जी, 99944। इस टाइम जिन्हें गाइया सब सेल है जी। हाँ जी हाँ जी। ਚਲੋ ਪਹਿਲੇ ਇੱਕ ਨੰਬਰ ਬਾਰੇ ਗੱਲ ਕਰਦੇ, ਇੱਕ ਨੰਬਰ ਸੁਣੇ ਜੀ, ਇਹ ਦੂਜੇ ਸੀ ਸੁਣਦੇ ਜੀ, ਦੂਜੇ ਸੀ ਸੁਣਾ ਇਹਨੇ। ਹਾਂਜੀ ਹਾਂਜੀ। ਠੀਕ, ਆਪਾਂ ਸਿਰ ਪਰਚੇ ਦਾ ਕੰਮ ਕਰਦੇ ਜੀ। ਹਾਂਜੀ ਹਾਂਜੀ। ਕਿੰਨੇ ਟਾਈਮ ਹੋ ਗਏ ਵੀਰ ਜੀ ਕਰਦੇ ਨੂੰ? ਆਪਾਂ ਨੂੰ ਹੋ ਗਏ ਜੀ 9-10 ਸਾਲ ਹੋ ਗਏ। 9-10 ਸਾਲ ਹੋ ਗਏ। ਠੀਕ ਹੈ ਜੀ, ਵਪਾਰ ਲੈਂਦਾ ਕੰਮ ਕਰਦੇ ਆਪਾਂ। ਠੀਕ ਹੈ, ਤੇ ਕਿੰਨਾ ਟਾਈਮ ਲੈਂਦੀ ਵੀਰ ਜੀ ਇਹ? ਇਹਦਾ ਇੱਕ ਹਫ਼ਤਾ ਰਹਿੰਦਾ ਜੀ। ਇੱਕ ਹਫ਼ਤਾ ਲੈਂਦਾ? ਹਾਂਜੀ ਹਾਂਜੀ। ਤੇ ਇਹਦਾ ਪਿਛਲੇ ਕੋਈ ਰਿਕਾਰਡ ਬਾਰੇ ਤੁਸੀਂ ਪਤਾ ਕੀਤਾ ਪਿਛਲੇ? ਇਹਦਾ ਰਿਕਾਰਡ ਪਹਿਲੇ ਸੂਏ 24 ਲੀਟਰ ਦਾ ਸੀਗਾ ਜੀ, ਪਹਿਲਾਂ ਦਾ। ਹਾਂਜੀ ਹਾਂਜੀ। ਠੀਕ ਹੈ, ਤੇ ਐਰ ਕੀ ਫਿਰ ਕੀ ਉਮੀਦ ਕਰਕੇ ਕਿੰਨਾ ਕੱਢੂਗੀ ਦੁੱਧ ਜੀ? ਇਹਦੀ 26 ਤਾਈ ਦਾ ਕੱਢੂਗੀ। 26 ਤਾਈ ਕੱਢ ਫਿਰ ਵੀਰ ਜੀ, ਖੋਲੋ ਤੋਰੋ ਜੀ। ਤੇ ਦੰਦੋ ਕਿਵੇਂ ਆ ਗਈ ਜੀ ਇਹ? ਇਹ ਦੰਦੋ ਪੂਰੀ ਹੈ ਜੀ, ਜਵਾਨ ਆ ਪੂਰੀ। ਠੀਕ ਹੈ, ਲਓ ਜੀ ਵੀਰ ਜੀ ਦੇਖੋ, ਆਰਡਰ ਦੇਖੋ ਇਹਦਾ, ਪਿਓਰ ਐਚ ਐਫ ਦੇ ਆ ਗਈ। ਲਓ ਜੀ ਦੇਖੋ, ਤੇ ਚੁਆਈ ਜੂ ਕਹਿੰਦੇ ਪਾਸ ਤੁਹਾਡੀ, ਬਿਲਕੁਲ ਥਣੋ ਪਾਸ ਤੁਹਾਡੀ, ਇੱਕ ਨੰਬਰ ਆ। ਲੈ ਜਾਓ ਵੀਰ ਜੀ ਉੱਥੇ। ਆ ਦੇਖੋ ਵੀਰ ਜੀ, ਠੀਕ ਹੈ ਜੀ। ਤਾਂ ਭਾਅ ਜੀ ਫਿਰ ਇਹਦਾ ਮੁੱਲ ਕੀ ਹੈ ਜੀ? ਇਹਦਾ ਮੁੱਲ 60,000 ਰੁਪਈਆ। ਬਾਕੀ ਮੌਕੇ ਥੋੜ੍ਹਾ ਬਹੁਤਾ ਮਾਨ ਤਾਂ ਜ਼ਰੂਰ। ਚਲੋ ਦੋ ਨੰਬਰ 'ਤੇ ਆ ਜਾਓ ਜੀ ਫਿਰ। ਇਹਦੇ ਬਾਰੇ ਦੱਸੋ ਜੀ, ਇਹ ਕਿਨਵੇਂ ਸੂਏ ਜੀ? ਇਹ ਪਹਿਲੇ ਸੂਏ ਸੁਣਦੇ ਆ ਬੱਚੀ, ਪਹਿਲੇ ਸੂਏ। ਹਾਂਜੀ ਹਾਂ। ਤੇ ਦੰਦੋ ਕਿਵੇਂ ਆ ਗਏ ਜੀ ਇਹ? ਦੰਦੋ 24 ਹੈ ਜੀ। 4 ਦੰਦ ਆ, ਠੀਕ ਹੈ ਜੀ। ਤੇ ਕਿੰਨੇ ਟਾਈਮ ਲੈਂਦੀ ਜੀ ਇਹ? ਇਹਦਾ ਵੀ ਵੀਰ ਜੀ ਮੈਨੇ ਹੋਣਗੇ 7-8 ਦਿਨ ਦਾ ਰਹਿੰਦਾ। 7-8 ਦਿਨ ਲੈ ਜਾਣਗੇ। ਇਹਨੂੰ ਵੀ ਖੋਲੋ ਜੀ, ਇਹਨੂੰ ਵੀ ਕੱਢੀਏ, ਇਹਦਾ ਵੀ ਆਰਡਰ ਦਿਖਾਈਏ ਵੀਰਾਂ ਨੂੰ। ਦੇਖੋ ਚਲੋ ਹਜੇ ਤਿਆਰ ਕਰਨਾ ਜੀ। ਆ ਦੇਖੋ ਵੀਰ ਜੀ, ਰੰਗ ਬਹੁਤ ਸੋਹਣਾ ਜੀ। ਆਰਡਰ ਦੇਖ ਲੈਂਦਾ, ਲਿਆਓ ਜੀ ਲਿਆਓ ਲਿਆ, ਇੱਧਰ ਲੈ ਲੈ ਜਾਓ। ਤੇ ਇਹਦੇ ਬਾਰੇ ਕੀ ਉਮੀਦ ਕਰਦੇ, ਕਿੰਨਾ ਕਰੋਗੇ ਦੁੱਧ ਤੁਸੀਂ ਤੁਹਾਡੇ ਸਾਨੂੰ? 20+ ਕਰੋਗੀ? ਠੀਕ ਹੈ ਜੀ। ਇਹਦੇ ਫਿਰ ਵੀਰ ਜੀ ਇਹਦਾ ਮੁੱਲ ਦੱਸੋ ਜੀ, ਇਹਦਾ ਮੁੱਲ 60,000 ਰੁਪਈਆ ਜੀ। ਇਹਦਾ ਵੀ 60,000 ਰੁਪਈਆ? ਠੀਕ ਹੈ ਜੀ। ਨੰਬਰ 3 ਬਾਰੇ ਦੱਸੋ, ਇਹਦੇ ਬਾਰੇ ਦੱਸੋ ਜੀ, 3 ਨੰਬਰ ਬਾਰੇ। ਅੱਛਾ, 3 ਦਿਨ ਹੋ ਗਏ ਸੂਈ ਨੂੰ। 20 ਕਿਲੋ ਬੋਲੀ ਹੈ। ਅੱਛਾ, 20 ਕਿਲੋ ਬੋਲੀ ਆ, ਦੂਜਾ ਸੂਆ। ਚਲੋ ਖੋਲੋ ਵੀਰ ਜੀ ਨੂੰ। ਠੀਕ ਹੈ, 4 ਦੰਦ ਦਾ ਮੂੰਹ ਖੋਲੋ ਜੀ ਨੂੰ। ਚਵਾਈ ਚੁੱਕੇ ਆ ਵੀਰ ਜੀ ਦੀ? ਦੇਖੋ ਇਸ ਟਾਈਮ ਦਾ ਹੁਣ 9 ਵਜੇ ਜੀ, ਚਵਾਈ ਇਹਨਾਂ ਨੇ ਕਰ ਲਈ ਆ। ਠੀਕ ਹੈ, ਨਹੀਂ ਤਾਂ ਆਰਡਰ ਪੂਰਾ ਹੋਣਾ। ਹਾਂਜੀ ਹਾਂ, ਬੱਚਾ ਮਗਰ ਕੀ ਆ ਜੇ ਵੀਰ ਜੀ ਦੇ? ਬੱਚਾ ਆ ਗਿਆ। ਠੀਕ, ਇਹਦਾ ਵੀ ਆਰਡਰ ਦੇਖੋ ਜੀ। ਆ ਦੇਖੋ, ਬਹੁਤ ਸੋਹਣੀਆਂ ਗਾਵਾਂ ਜੀ, ਸਾਰੀਆਂ ਚੰਗੀਆਂ ਗਾਈਆਂ। ਆ ਦੇਖੋ, ਲਿਆ ਵੀਰ ਜੀ ਲਿਆ, ਵਾਪਸ ਲਿਆ। ਲੈ ਜਾਓ ਲੈ ਜਾਓ, ਆਰਡਰ ਦੇਖੋ ਜੀ। ਥਣ ਬਹੁਤ ਸੋਹਣਾ ਲੱਗਾ, ਮੁੱਠੀ ਵਾਲਾ ਥਣ ਲੱਗਾ ਜੀ। ਦੇਖੋ ਲੈ ਜਾਓ ਜੀ। ਤੇ ਵੀਰ ਜੀ ਇਹਦਾ ਮੁੱਲ ਦੱਸੋ ਜੀ। 65,000 ਰੁਪਈਆ। ਠੀਕ ਹੈ ਜੀ। ਦੂਜਾ ਸੂਆ ਜੀ, ਤੇ ਬੱਚਾ ਇਹਨੇ ਕਿਹੜਾ ਜੀ? ਉਹ ਬੱਚਾ ਜੀ, ਬੱਚਾ ਇਹਦਾ ਆ ਗਿਆ। ਠੀਕ ਹੈ ਜੀ, ਠੀਕ ਹੈ। ਚਲੋ 4 ਨੰਬਰ ਪਾਸੇ ਆਓ ਜੀ, ਇਹਦੇ ਬਾਰੇ ਦੱਸੋ ਜੀ। ਦੂਜੇ ਸੂਏ ਸੁਣਦੀ ਹੈ ਜੀ? ਦੂਜੇ ਸੂਏ ਸੁਣਾ ਇਹਨੇ 30+ ਕੱਢੇ ਆ ਜੀ। 30+, ਠੀਕ ਹੈ ਜੀ। ਤੇ ਫਿਰ ਐਰ ਕੀ ਫਿਰ ਕੀ ਉਮੀਦ ਕਰਕੇ ਕਿੰਨਾ ਕਰੋ? 35+ ਕਰੋਗੀ? ਹਾਂ ਬਿਲਕੁਲ ਸਹੀ ਗੱਲ ਹੈ ਜੀ। ਤੇ ਟਾਈਮ ਕਿੰਨਾ ਲੈਂਦੇ ਵੀਰ ਜੀ ਫਿਰ ਇਹ? ਟਾਈਮ ਇਹਦਾ ਜੀ ਬਸ 1-2 ਦਿਨ ਲਾਊਗੀ। 1-2 ਦਿਨ ਲਾਊਗੀ? ਠੀਕ ਹੈ ਜੀ। ਦੇਖੋ ਆਰਡਰ ਬਹੁਤ ਸੋਹਣਾ ਬਣਾਇਆ ਜੀ ਨੇ, ਇਹ 35+ ਵਾਲੀ ਹੈ ਜੀ। ਆ ਦੇਖੋ ਥਾਣੇ ਦਾ ਵੀ ਬਹੁਤ ਸੋਹਣਾ ਲੱਗਾ। ਠੀਕ ਹੈ,
ले भी जी घुमा लो आ देखो जी ठीक है। तो बीजी फरेंद की मुल है जी सत्रह हजार रुपये ठीक है जी ठीक इधर आज जी हूँ पांच नंबर से ये गबन है जी हाँ ये बच्ची दे दिन दस रहेंगे जी अच्छा जी दूजा सुआ ठीक है पच्ची किलो ठीक है इन्हें भी खोलो बीजी बाहर इनका भी थाना बहुत सोना लगे जी टाइम इन्हें भी लै जाना क्योंकि टाइम पिया जी हजे ठीक है जी आ देखो ऑर्डर देखो जी बहुत सोना गारंटी वाली गाइया सारिया लिया जी घुमा लिया जी ले बीजी फिर की मुल है जी अच्छा 75,000 रुपया ठीक है जी इधर आ जाओ ठीक है इधर आओ जी इन्हें बारे दसो जी दूजा सूआ जी अच्छा जी एक महीना बाकी है एक महीना कच्ची है ठीक है जी पलून ने पहले ने 25 किलो दुद्ध कढ़िया ठीक है जी दूजे सोनी है ठीक है जी देखो दिखी जाता जी अजय ऑर्डर बहुत बनाऊगी देखो तो दंदो जवान है जी लो जी देखो ये भी हजे पूरा एक महीना पिया सून के बहुत कद कद की वैड है जी तो भी जी फिर इनका की मुल है जी 90,000 रुपया मतलब हूँ 90,000 के पूरी तैयार करने से जी तैयार होकर 90,000 ही दोगे तो हूँ किने दोगे जो कोई लेना है जी 60,000 दी बिल्कुल ठीक है जी ठीक है इन्हें बाइया बहुत सोनी गाई जी ठीक है थोड़ी डिटेल पूछते हैं अपना इन्होंने किन्ने टाइम हो गए व्यवहार करते सारा बंदोबस्त पूछते हैं कई जो बाहर के गाहक आ जाते हैं भी जी किन्ना टाइम हो गया तुम व्यापार कर दो जी 9-10 साल हो गए कोई बाहरले फर्म दे अपने गाहक भी आते जी हाँ जी गुजरात आते जी महाराष्ट्र के आते ठीक है जी जम्मू के गाहक आते जी ठीक है जी ठीक है हरियाणा के तो थोड़े को ट्रांसपोर्ट का सारा बंदोबस्त है रहन सहन का सारा है किसी को कोई दिक्कत नहीं मतलब कोई जो मर्जी आ सकता वा मतलब सारी तसली थी होगी उन्हें घर देखा बिल्कुल ठीक है जी ठीक चलो वीर जी फिर तुम ए करो नंबर आदा एक फिर बोल दो जी फोन आया गल बात कर लिया जी रेट जिस ठीक है सत श्री अकाल जी।